ਮੋਹਾਲੀ ਦੇ ਸੈਕਟਰ 67 ਦੇ ਏਅਰਪੋਰਟ ਰੋਡ 'ਤੇ ਸਥਿਤ ਮਾਲ ਸੀਪੀ ਪਲਾਜ਼ਾ 'ਚ ਕੱਲ੍ਹ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਮਾਲ 'ਚ ਆਏ ਇੱਕ ਸ਼ਖਸ ਦੇ ਬਾਹਰ ਆਉਣ 'ਤੇ ਘਾਤ ਲਗਾ ਕੇ ਬੈਠੇ ਸ਼ੂਟਰਾਂ ਦੇ ਵੱਲੋਂ ਤਾਬੜਤੋੜ ਫਾਇਰਿੰਗ ਕੀਤੀ ਗਈ ਅਤੇ ਸ਼ਖਸ ਦਾ ਮੌਕੇ 'ਤੇ ਕਤਲ ਕਰ ਦਿੱਤਾ ਗਿਆ। ਮਰਨ ਵਾਲੇ ਸ਼ਖਸ ਦੇ ਬਾਰੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਉਹ ਜੰਮੂ ਦਾ ਰਹਿਣ ਵਾਲਾ ਸੀ, ਜਿਸ ਦਾ ਨਾਮ ਰਾਜੇਸ਼ ਡੋਗਰਾ ਉਰਫ ਮੋਹਨਚੀਰ ਦੱਸਿਆ ਗਿਆ। ਸਾਹਮਣੇ ਇਨਫੋਰਮੇਸ਼ਨ 'ਚ ਪਤਾ ਲੱਗਾ ਕਿ ਉਹ ਵੀ ਗੈਂਗਸਟਰ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋ ਕੇ ਬਾਹਰ ਆਇਆ ਸੀ ਅਤੇ ਮੋਹਾਲੀ ਦੇ ਮਾਲ 'ਚ ਆਪਣੇ ਦੋ ਦੋਸਤਾਂ ਨਾਲ ਘੁੰਮ ਰਿਹਾ ਸੀ, ਜਿੱਥੇ ਉਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਾਹਮਣੇ ਆਈ CCTV 'ਚ ਪਤਾ ਲੱਗਾ ਕਿ ਹਮਲਾਵਰ ਦੋ ਗੱਡੀਆਂ 'ਚ ਸਵਾਰ ਹੋ ਕੇ ਆਈ ਸੀ, ਇੱਕ ਕ੍ਰੇਟਾ ਅਤੇ ਦੂਜੀ ਇਨੋਵਾ। ਸ਼ੂਟਰਾਂ ਦੀ ਗਿਣਤੀ 4 ਤੋਂ 5 ਦੱਸੀ ਗਈ। ਹਾਲਾਂਕਿ ਸਾਹਮਣੇ ਆਈ ਇਨਫੋਰਮੇਸ਼ਨ ਮੁਤਾਬਿਕ ਅਜੇ ਕਿਸੇ ਵੀ ਸ਼ੂਟਰ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਕਤਲ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਰਾਜੇਸ਼ ਡੋਗਰਾ ਦੀ ਲਾਸ਼ ਨੂੰ ਮੋਹਾਲੀ ਸਿਵਲ ਹਸਪੀਟਲ ਪਹੁੰਚਾਇਆ, ਜਿੱਥੇ ਅੱਜ ਉਸਦਾ ਪੋਸਟਮਾਰਟਮ ਕੀਤਾ ਜਾਣਾ ਸੀ। ਉੱਥੇ ਪਰਿਵਾਰਕ ਮੈਂਬਰ ਵੀ ਪਹੁੰਚੇ, ਜਿਨ੍ਹਾਂ ਦੇ ਵੱਲੋਂ ਇਸ ਕਤਲ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਗਏ। ਰਾਜੇਸ਼ ਡੋਗਰਾ ਦੇ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਰਾਜੇਸ਼ ਦੇ ਦੋ ਦੋਸਤ ਹੀ ਉਸਨੂੰ ਆਪਣੇ ਨਾਲ ਲੈ ਕੇ ਆਏ ਸੀ ਅਤੇ ਉਹਨਾਂ ਦੇ ਵੱਲੋਂ ਹੀ ਇਸ ਕਤਲ ਦੀ ਪੂਰੀ ਪਲਾਨਿੰਗ ਕੀਤੀ ਗਈ ਸੀ। ਰਾਜੇਸ਼ ਡੋਗਰਾ ਦੇ ਦੋਸਤ ਬੰਟੀ ਅਤੇ ਰਾਜਾ ਉਸਨੂੰ ਅਯੋਧਿਆ ਲੈ ਕੇ ਜਾਣ ਦੀ ਗੱਲ ਕਹਿ ਕੇ ਘਰੋਂ ਨਾਲ ਲੈ ਕੇ ਆਏ ਸੀ, ਪਰ ਪਰਿਵਾਰ ਨੂੰ ਰਾਜੇਸ਼ ਦੇ ਮੋਹਾਲੀ 'ਚ ਹੋਣ ਦਾ ਉਦੋਂ ਪਤਾ ਲੱਗਾ ਜਦੋਂ ਗੈਂਗਵਾਰ ਦੇ ਦੌਰਾਨ ਮੋਹਾਲੀ ਦੇ ਮਾਲ ਦੇ ਬਾਹਰ ਰਾਜੇਸ਼ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਰਿਵਾਰ ਨੇ ਦੱਸਿਆ ਕਿ ਨਾਲ ਆਏ ਦੋ ਦੋਸਤਾਂ ਨੇ ਹੀ ਰਾਜੇਸ਼ ਦਾ ਕਤਲ ਕਰਵਾਇਆ ਅਤੇ ਫਿਰ ਰਾਜੇਸ਼ 'ਤੇ ਇਲਜ਼ਾਮ ਲਗਾਇਆ ਗਿਆ ਕਿ ਉਸਦਾ ਮੇਰੀ ਪਤਨੀ ਦੇ ਨਾਲ ਨਜਾਇਜ਼ ਸੰਬੰਧ ਸੀ। ਪਰਿਵਾਰ ਨੇ ਇਹ ਵੀ ਦੱਸਿਆ ਕਿ ਰਾਜੇਸ਼ ਦੇ ਦੋਨੋਂ ਦੋਸਤ ਵੀ ਜੇਲ੍ਹ 'ਚ ਰਹਿ ਕੇ ਆਏ ਨੇ ਅਤੇ ਕੁਝ ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਏ ਨੇ। ਬੰਟੀ ਨਾਮ ਦਾ ਦੋਸਤ ਰਾਜੇਸ਼ ਦਾ ਬਹੁਤ ਚੰਗਾ ਦੋਸਤ ਸੀ ਅਤੇ ਰਾਜੇਸ਼ ਦਾ ਬਿਜ਼ਨਸ ਪਾਰਟਨਰ ਵੀ ਦੱਸਿਆ ਜਾ ਰਿਹਾ ਹੈ ਅਤੇ ਉੱਥੇ ਹੀ ਰਾਜਾ ਦੇ ਬਾਰੇ ਪਰਿਵਾਰ ਨਾਲ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਇਹਨਾਂ ਨੂੰ ਜੇਲ੍ਹ 'ਚ ਹੀ ਮਿਲਿਆ ਸੀ ਅਤੇ ਜੇਲ੍ਹ ਤੋਂ ਬਾਹਰ ਆਉਣ 'ਤੇ ਬੰਟੀ ਅਤੇ ਰਾਜੇਸ਼ ਦੇ ਨਾਲ ਹੀ ਕੰਮ ਕਰਨ ਲੱਗਾ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅਤੇ ਇਸ ਕਤਲ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਦੀ ਫਿਲਹਾਲ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਸੋ ਇਹ ਸੀ ਇਸ ਸਮੇਂ ਦੀ ਵੱਡੀ ਕ੍ਰਾਈਮ ਅਪਡੇਟ ਅਤੇ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ PMA News ਦੇ ਨਾਲ।